ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ, ਸਵੇਰ ਦੇ ਵੱਜੇ ਆ 7 ਤੇ ਨਿਆਣੇ ਲੱਗੇ ਇੱਧਰ ਚਾਹ ਪੀਣ। ਨਾਲ ਚੱਲਣ ਦੇ ਮਖਾਣੇ ਨਾਲ ਪਿੰਨੀਆਂ, ਮਖਾਣੇ ਖਾਓ, ਕੈਲਸ਼ੀਅਮ ਵਧਾਓ। ਤੇ ਇੱਧਰ ਤੈਨੂੰ ਬੜੀ ਧੁੰਦ ਪਈ ਆ ਅੱਜ ਬਾਹਰ, ਕਈ ਦਿਨ ਹੋ ਗਏ, ਠੰਡ ਹੀ ਬੜੀ ਜ਼ਿਆਦਾ ਪੈਣ ਡਈ ਆ। ਆਹ ਮੁੰਡੇ ਨੂੰ ਇੰਸਟਾ ਤੋਂ ਵੇਅਰ ਨਹੀਂ ਮਿਲਦਾ। ਪੀਲਾ ਚਾਹ ਠੰਡੀ ਹੋ ਗਈ ਆ। ਅੱਜ ਆਪਾਂ ਨਾਸ਼ਤੇ ਵਿੱਚ ਬਣਾ ਰਹੇ ਹਾਂ ਆਲੂ ਵਾਲੇ ਪਰੌਂਠੇ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਗੇ ਬੈਲ ਦੇ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਕਿ ਸਾਡੀ ਹਰ ਲੇਟੈਸਟ ਵੀਡੀਓ ਦੀ ਅਪਡੇਟ ਤੁਹਾਨੂੰ ਟਾਈਮ ਨਾਲ ਮਿਲਦੀ ਰਹੇ। ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀ ਫੈਮਿਲੀ ਫਰੈਂਡਸ ਦੇ ਨਾਲ। ਚਲੋ ਜੀ, ਫਿਰ ਆਓ ਆਪਾਂ ਬਣਾਉਂਦੇ ਹਾਂ ਆਲੂ ਦੇ ਪਰੌਂਠੇ। ਆਪਾਂ ਆਲੂ ਉਬਾਲ ਕੇ ਰੱਖ ਲਏ, ਆਲੂਆਂ ਨੂੰ ਛਿੱਲ ਕੇ ਮੈਸ਼ ਕਰ ਲਿਆ। ਤੇ ਇੱਧਰ ਆਪਾਂ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ, ਕਾਲੀਆਂ ਮਿਰਚਾਂ, ਜੀਰਾ ਅਤੇ ਸਾਬਤ ਧਨੀਆ ਪੀਸ ਕੇ ਤਿਆਰ ਕਰ ਲਿਆ। ਆਪਾਂ ਆਲੂਆਂ ਦੇ ਪਰੌਂਠੇ ਵਿੱਚ ਪਾਵਾਂਗੇ। ਬਾਕੀ ਜਿਹੜੇ ਆਪਾਂ ਬੇਸਿਕ ਮਸਾਲੇ, ਨਮਕ, ਮਿਰਚ, ਧਨੀਆ ਪਾਊਡਰ ਤੁਸੀਂ ਚਾਹੋ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜਾ ਪੀਸੀ ਉਹ ਵੀ ਪਾ ਸਕਦੇ, ਜਾਂ ਫਿਰ ਇੱਦਾਂ ਜਿੱਦਾਂ ਮੈਂ ਕ੍ਰਸ਼ ਕੀਤਾ ਲਾਲ ਸੋਰੀ ਹਰੀਆਂ ਮਿਰਚਾਂ ਨਾਲ, ਇੱਦਾਂ ਵੀ ਪਾ ਸਕਦੇ ਹਾਂ। ਅਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਪਰੌਂਠਿਆਂ 'ਚ। ਇੱਧਰ ਆਟਾ ਮੈਂ ਗੁੰਨ ਕੇ ਰੱਖ ਲਿਆ ਆ ਤੇ ਇਸ ਦੇ ਹਿਸਾਬ ਨਾਲ ਆਪਾਂ ਨਮਕ ਪਾ ਦਾਂਗੇ। ਥੋੜਾ ਧਨੀਆ ਪਾਊਡਰ ਪਾ ਦਾਂਗੇ, ਧਨੀਆ ਵੈਸੇ ਮੈਂ ਸਾਬੁਤ ਵੀ ਪੀਸ ਕੇ ਪਾਇਆ ਆ। ਥੋੜੀਆਂ ਜਿਹੀਆਂ ਲਾਲ ਮਿਰਚਾਂ ਤੇ ਸਾਰੀਆਂ ਚੀਜ਼ਾਂ ਨੂੰ ਕਰਾਂਗੇ ਮਿਕਸ। ਤੁਸੀਂ ਆਮਚੂਰ ਪਾਊਡਰ ਪਾ ਸਕਦੇ ਆ, ਚਾਟ ਮਸਾਲਾ ਪਾ ਸਕਦੇ ਆ ਅਗਰ ਤੁਹਾਨੂੰ ਵਧੀਆ ਲੱਗਦਾ ਫਲੇਵਰ। ਤੇ ਤੇ ਪਿਆਜ਼ ਵੀ ਇਹਦੇ ਵਿੱਚ ਪਾ ਕੇ ਬਣਾ ਸਕਦੇ ਹਾਂ। ਅੱਜ ਮੈਂ ਸਿੰਪਲ ਹੀ ਪਰੌਂਠੇ ਬਣਾਉਣ ਲੱਗੀ ਹਾਂ। ਦਹੀਂ ਵੀ ਤਿਆਰ ਆ ਅਤੇ ਇੱਧਰ ਫਰੈਸ਼ ਮੱਖਣ ਵੀ ਮੈਂ ਥੋੜ੍ਹਾ ਜਿਹਾ ਮਿਕਸੀ ਵਿੱਚ ਮਲਾਈ ਪਾ ਕੇ ਇਹਨੂੰ ਬਣਾ ਕੇ ਤਿਆਰ ਕਰ ਲਿਆ। ਲਓ ਜੀ, ਕਈ ਦਿਨ ਹੋ ਗਿਆ, ਧੁੱਪ ਬਿਲਕੁਲ ਨਹੀਂ ਸੀ ਨਿਕਲੀ, ਬਸ ਇੱਦਾਂ ਹੀ ਬੱਦਲ ਹੁੰਦਾ ਰਹਿੰਦਾ ਆ ਤੇ ਬੜਾ ਕੰਮ ਖਰਾਬ ਆ। ਕਈ ਚੀਜ਼ਾਂ ਸੁਕਾਉਣ ਵਾਲੀਆਂ, ਕੱਪੜੇ ਵੀ ਬਸ ਇੱਦਾਂ ਹੀ ਸੁੱਕਦੇ ਆ ਸਾਰਾ ਦਿਨ ਪੱਖੇ ਥੱਲੇ ਪਾ ਪੂ ਕੇ। ਆਲੂਆਂ ਦੇ ਪਰੌਂਠੇ ਨਾ ਆਪਾਂ ਕਈ ਤਰੀਕੇ ਨਾਲ ਬਣਾ ਸਕਦੇ, ਚਾਹੇ ਤਾਂ ਦੋ ਰੋਟੀਆਂ ਵੇਲ ਕੇ ਵੀ ਆਪਾਂ ਭਰ ਕੇ ਬਣਾ ਸਕਦੇ ਹਾਂ, ਜਾਂ ਫਿਰ ਪੇੜਾ ਕਰਕੇ ਉਹਦੇ ਵਿੱਚ ਰੱਖ ਕੇ ਆਲੂ ਅਤੇ ਰੋਟੀ ਨੂੰ ਚੁਣ ਕੇ ਅਤੇ ਦੋ ਤਿੰਨ ਤਰੀਕੇ ਨਾਲ ਬਣਾ ਸਕਦੇ ਹਾਂ ਆਪਾਂ ਆਲੂਆਂ ਦੇ ਪਰੌਂਠੇ। ਫਿਰ ਆਪਾਂ ਨੂੰ ਦੁਬਾਰਾ ਵੇਲਣਾ ਨਹੀਂ ਪੈਂਦਾ, ਇਸ ਤਰੀਕੇ ਨਾਲ ਆਪਾਂ ਹੱਥ ਨਾਲ ਹੀ ਥੱਕ ਕੇ ਇਹਨੂੰ ਪਕਾ ਲਵਾਂਗੇ। Thank you.
लो जी मनु हो गया तैयार, मनु आया हुआ ऐसी रात का, तो रात असं वीडियो शूट कर नहीं पाए हूँ नाश्ता नुश्ता करके, तो मनु हो गया हूँ रेडी, आया हुआ एक काम करने वास्ते कुछ जरूरी, तो हम चले हुए शहर न। हैलो जी, हैलो कि सारे का सत श्रीकाल, हाल चाल दस्यो जी खेती कमेंटा चे, तू एक सरप्राइज देने वाले दो तीन दिन बस बाबा मेहर करे। चल वे तू भी हो जा छेती तैयार। इधर आ जा जाके। नहीं निकलता बेटा दस अंब हुंदा ही चल, अंब ने बड़ी रौनक लाई ही, इन्नी शाम चले दी मनु इथे नहीं बेटा इथे खला, मैं की आखण नहीं इथे खा इथे पिछे दे। बस इना की रहन दे जे पानी पूनी पांबरियां जणा ते डैडी कहिंदा फल वाला बूटा लाउणा, फल वाला बूटा एक नहीं लिया के लाउणा, 6 महीने हो गए कहिंदे कहिंदे हम। सेक सोंक ना होवे किते तूर तो ना ही दाणी वड ली एक वड्डी सारी इतने हम लाने लगा मन एक डाणी वड के, तू तो पेड़ इदा का होंगे कि डाणी वड के ला दो ना तो हो जाता है, वेखो हम वधिया करके ला। जे तुर पिया ना तो एक साल च इन्हें छां कर देनी है, छिलना नहीं। चलो जी लग गया अपना पेड़ बेचारा, हो जाए हूँ तो छां दऊगा। फिर कई दिन बाद निकली सी धुप, तो मनु लगा हुआ कुत्ते नहा मूँह बन के यदा बड़ा पैंदा ही, तो कपड़े ने मूँह बन दिता, फिर लगा हुआ नहा रहन दे, बथेरा लाता चाड़ने उन्होंने तेरे उत्ते। कैमें लगी फिर तुम साड़ी आज दी वीडियो, जे वीडियो वधी लगी तो प्लीज़ वीडियो नू लाइक करो, वद तो वद शेयर जरूर करिया करो, ते चैनल नू सबसक्राइब करके लागे बैल दे बटन जरूर प्रेस कर लिया करो, ताकि साड़ी हर लेटेस्ट वीडियो ते अपडेट तुहानू टाइम ना मिलती रहे। वीडियो वेखण वास्ते बहुत बहुत धन्यवाद, ते मिलांगे तुहानू एक होर नवें ब्लॉग के नाल।